ਮੈਂ ਹੁਣ ਬੇਨਤੀ ਕਰਾਂਗਾ ਆਪਣੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਬੇਨਤੀ ਹੈ ਐਡਵੋਕੇਟ ਸਾਹਿਬ ਕਿ ਉਹ ਸਟੇਜ 'ਤੇ ਆਉਣ। ਪਰਮ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਨਾਲ ਸਾਡੇ ਮਾਝੇ ਦੇ ਜਰਨੈਲ ਦਿਲਾਂ ਦੀ ਧੜਕਣ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ, ਉਹਨਾਂ ਦੇ ਨਾਲ ਸਾਡੇ ਰਣੀਕੇ ਸਾਹਿਬ, ਸਾਡੇ ਵੀਰ ਛੋਟੇ ਡਾਕਟਰ ਦਲਜੀਤ ਸਿੰਘ ਜੀ ਚੀਮਾ ਔਰ ਮੇਰਾ ਵੀਰ ਸਰਦਾਰ ਗੁਰਦੀਪ ਸਿੰਘ ਜੀ ਖੈੜਾ ਅਤੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਚਾਰਜ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਮਾਂ ਵੀ ਖਰਾਬ ਹੋ ਗਿਆ, ਪ੍ਰਧਾਨ ਸਾਹਿਬ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਇੱਕ ਇੱਕ ਕਹਾਵਤ ਆ ਸਾਡੀ ਪੁਰਾਣੀ ਇਤਿਹਾਸ ਦੀ ਕਿ ਸੱਚ ਨੂੰ ਹਮੇਸ਼ਾ ਫਾਂਸੀ ਲੱਗਣਾ ਪੈਂਦਾ। ਜਿਹੜੇ ਅੱਜ ਬੋਲ ਸਰਦਾਰ ਗੁਰਦੀਪ ਸਿੰਘ ਖਹਿੜਾ ਇਸ ਇੱਥੋਂ ਸਟੇਜ ਤੋਂ ਬੋਲ ਕੇ ਗਏ ਆ, ਉਹ ਉਹਨਾਂ ਦੇ ਦਿਲ ਦੇ ਅੰਦਰੋਂ ਜੋ ਉਹਨੀ 34 ਸਾਲ 33 ਸਾਲ ਪੂਰੇ ਹੋ ਕੇ 34ਵਾਂ ਸਾਲ ਹੋ ਗਿਆ, ਉਹ ਉਹਨਾਂ ਨੇ ਅੱਜ ਇਸ ਸਟੇਜ ਤੋਂ ਤੁਹਾਡੇ ਨਾਲ ਸਾਂਝੇ ਕੀਤੇ ਆ। ਮੈਂ ਦਾਤ ਦਿੰਦਾ, 34 ਸਾਲਾਂ 'ਚ ਬੰਦਾ ਖੁੰਡਾ ਹੋ ਜਾਂਦਾ, ਪਰ ਇਹ ਸਾਡਾ ਵੀਰ ਅੱਜ ਵੀ ਜਿਹੜਾ ਆ ਉਹ ਸੱਚ ਦੀ ਤਰਜਮਾਨੀ ਕਰਦਾ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਜੇ ਇੰਨਾ ਸੱਚ ਜੋ ਹਕੀਕਤ ਆ ਉਹ ਬੋਲਦੇ ਤਾਂ ਆਪਾਂ ਨਾਲ ਵੀ ਖੜ੍ਹੇ ਹੋਈਏ। ਕਈ ਵਾਰੀ ਅਸੀਂ ਬੌਨੇ ਹੋ ਜਾਂਦੇ ਹਾਂ, ਕਈ ਵਾਰੀ ਇੱਥੇ ਤਾਂ ਜਕਾਰੇ ਛੱਡ ਜਾਂਦੇ ਹਾਂ, ਪਰ ਪਿੱਛੇ ਮੁੜ ਅਸੀਂ ਪਿੱਛਾ ਨਹੀਂ ਦੇਖਦੇ। ਇਹ ਵੀ ਯਕੀਨ ਦਿਵਾਓ ਕਿ ਅਸੀਂ ਸਰਦਾਰ ਗੁਰਦੀਪ ਸਿੰਘ ਖਹਿੜਾ ਸਮੁੱਚੇ ਤੌਰ 'ਤੇ ਸਾਰੇ ਬੰਦੀ ਸਿੰਘਾਂ ਦੇ ਨਾਲ ਖੜ੍ਹੇ ਹਾਂ। ਜੇ ਤਾਂ ਆਪਾਂ ਇਸ ਗੱਲ 'ਤੇ ਖੜ੍ਹੇ ਹਾਂ ਅਤੇ ਖੜ੍ਹੇ ਰਹਿਣਾ ਤਾਂ ਫਿਰ ਮੰਜ਼ਿਲ ਵੀ ਤੁਹਾਨੂੰ ਮਿਲ ਜਾਊਗੀ। ਸੋ ਮੈਂ ਲੰਬਾ ਨਹੀਂ ਬੋਲਣਾ, ਦੋ ਗੱਲਾਂ ਕਰਕੇ ਤੁਹਾਡੇ ਤੋਂ ਖਿਮਾ ਲਵਾਂ। ਪਹਿਲਾਂ ਇੱਕ ਕਮੇਟੀ ਅਕਾਲ ਤਖ਼ਤ ਵੱਲੋਂ ਬਣੀ ਸੀ 11 ਮੈਂਬਰੀ, ਜਿਸ 11 ਮੈਂਬਰੀ ਦੀ ਇੱਕੋ ਮੀਟਿੰਗ ਹੋਈ ਜਿਹਦੇ ਵਿੱਚ 6 ਕੀਤਾ ਭਾਈ ਬਲਜੀਤ ਸਿੰਘ ਦਾਦੂ ਵਾਲ ਨੇ, ਦੂਜਾ 6 ਕੀਤਾ ਸਰਦਾਰ ਹਰਮੀਤ ਸਿੰਘ ਕਾਲਕਾ ਨੇ, ਤੀਜਾ 6 ਫਿਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ। ਉਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹ ਸਾਰੀ ਕਮੇਟੀ ਨੂੰ ਖੇਰੂੰ ਖੇਰੂੰ ਕੀਤਾ, ਪੰਥ ਖਾਲਸਾ ਸਾਰਾ ਜਾਣਦਾ। ਆਹ ਪਿਛਲੇ ਦਿਨਾਂ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ ਸੀ, ਉਸ 5 ਮੈਂਬਰੀ ਕਮੇਟੀ ਨੇ ਪ੍ਰੋਗਰਾਮ ਵੀ ਉਲੀਕਿਆ ਕਿ ਦਿੱਲੀ ਨੂੰ ਕੂਚ ਕਰੀਏ, ਬਹੁਤ ਵੱਡਾ ਰਿਸਪੋਂਸ ਵੀ ਮਿਲਿਆ। ਪਰ ਉਸ 5 ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਦਿੱਲੀ ਦਾ ਜਸੂਸ, ਉਹਨੇ ਐਸਾ ਝੂਠ ਫਰੇਬ ਸ਼ੁਰੂ ਕੀਤਾ, ਪਤਾ ਸੀ ਵੀ ਲੋਕਾਂ ਨੇ ਪੰਜਾਬਦਿਆਂ ਨੇ ਹੜ੍ਹ ਵਾਂਗ ਦਿੱਲੀ ਪਹੁੰਚਣਾ, ਉਹਨੇ ਰਾਤੋ ਰਾਤ ਚਾਲ ਚੱਲ ਕੇ ਉਹਨਾਂ ਦਾ ਜਸੂਸ ਬਣ ਕੇ, ਉਹਨਾਂ ਦਾ ਏਜੰਟ ਬਣ ਕੇ ਉਹ 5 ਮੈਂਬਰੀ ਕਮੇਟੀ ਦਾ ਵੀ ਭੋਗ ਪਾਇਆ। ਸੋ ਤੁਸੀਂ ਜੇ ਤਕੜੇ ਆ ਤਾਂਹੀਓ ਪ੍ਰੋਗਰਾਮ ਕੌਮ ਦੇ ਫਿਰ ਦਿੱਤੇ ਜਾਣੇ। ਮੈਂ ਇੱਕ ਗੱਲ ਨਾਲ ਸਹਿਮਤ ਹਾਂ ਮਜੀਠੀਆ ਸਾਹਿਬ ਦੀ ਨਾਲ, ਹੁਣ ਸਰਕਾਰਾਂ ਦੇ ਸੁਪਨੇ ਛੱਡੋ, ਹੁਣ ਪੰਥ ਪ੍ਰਗਟ ਕਰੀਏ ਜਿਹੜਾ ਇਸ ਧਰਤੀ ਦੇ ਉੱਤੇ ਸਤਿਗੁਰੂ ਜੀ ਨੇ ਦੱਸਿਆ ਸੀ। ਉਹ ਕਿਹੜਾ ਪੰਥ ਸੀ? ਦੇਖੋ ਸਿੱਖ ਦੀ ਅਤੇ ਗੁਰੂ ਦੀ ਪ੍ਰੀਤ। ਸਿੱਖ ਥੱਕ ਗਿਆ ਘੁੰਮ ਘੁੰਮ ਕੇ, ਜਿਲ੍ਹੇ ਅਖੀਰ ਵੇਲੇ ਗੁਰੂ ਸਾਹਿਬ ਦੇ ਸਨਮੁਖ ਹੋਇਆ ਅਤੇ ਸਤਿਗੁਰੂ ਜੀ ਨੂੰ ਪਤਾ ਸੀ ਵੀ ਸਿੱਖ ਦੀ ਪ੍ਰਤੀਤ ਆ। ਸਿੱਖ ਨੇ ਜਿਲ੍ਹੇ 5 ਮੋਹਰਾਂ ਮੋਹਰੇ ਰੱਖੀਆਂ ਅਤੇ ਸਤਿਗੁਰੂ ਜੀ ਨੇ ਕਿਹਾ ਭਾਈ ਮੱਖਣ ਸ਼ਾਹ 500 ਸੁੱਖ ਕੇ ਅਤੇ 5 ਰੱਖੀਆਂ। ਦਿਲ ਨੂੰ ਧਰਵਾਸ ਆਇਆ ਕਿਉਂਕਿ ਥੱਕ ਗਿਆ ਸੀ ਸਵੇਰ ਦਾ ਝੂਠਦੀਆਂ ਦੁਕਾਨਦਾਰੀਆਂ 'ਤੇ ਸਤਿਗੁਰੂ ਜੀ ਨੂੰ ਜਿਲ੍ਹੇ ਕਿਹਾ ਸਤਿਗੁਰੂ ਜੀ ਕੋਈ ਸੱਚ ਦੱਸੋ, ਜਿਲ੍ਹੇ ਮੌਰ ਤੋਂ ਸਤਿਗੁਰੂ ਜੀ ਨੇ ਪਰਨਾ ਚੱਕਿਆ
ਉਹ ਮੱਖਣ ਸ਼ਾਹ ਲਵਾਣੇ ਦੀ ਬੇੜੀ ਨੂੰ ਪਾਰ ਲਾਉਣ ਵਾਲੇ ਸਤਿਗੁਰਾਂ ਦੇ ਉਸ ਮੌਰ ਦੇ ਉੱਤੇ ਜ਼ਖਮ ਸੀ। ਅੱਜ ਵੀ ਬਹੁਤ ਝੂਠ ਬੋਲਦੇ ਆ ਅਤੇ ਸਾਨੂੰ ਚੰਗੇ ਵੀ ਲੱਗਦੇ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਧਰਤੀ 'ਤੇ ਲੰਬਾ ਅਰਸਾ ਆਪਣਾ ਜ਼ਿੰਦਗੀ ਦਾ, ਜਿੰਨੀ ਜ਼ਿੰਦਗੀ ਉਹ ਤੋਂ ਲਾ ਲਓ ਅੱਧਾ ਅਰਸਾ ਇਸ ਧਰਤੀ 'ਤੇ ਬਿਤਾਇਆ ਅਤੇ ਸੱਚ ਪ੍ਰਗਟ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜਿਸਲੇ ਜੋਤੀ ਜੋਤ ਸਮਾਏ ਅਤੇ ਸਤਿਗੁਰਾਂ ਨੇ ਫਿਰ ਉੱਥੋਂ ਇਹ ਹੋਕਾ ਦਿੱਤਾ ਸੀ ਕਿ ਬਾਬਾ ਬਕਾਲੇ ਅਤੇ ਭਾਈ ਮੱਖਣ ਸਿੰਘ ਲਵਾਣਾ ਉਹਦੀ ਪ੍ਰੀਤ ਨਿਭ ਗਈ। ਮੈਂ ਤੁਹਾਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਨਮਸਕਾਰ ਆ। ਇਸ ਧਰਤੀ 'ਤੇ ਜਿਹੜਾ ਵੀ ਆਉਂਦਾ ਭੋਰਾ ਸਾਹਿਬ ਜਿਹੜੀ ਵੀ ਸੁੱਖਣਾ ਸੁੱਖਦਾ ਉਹ ਸਤਿਗੁਰੂ ਜੀ ਪੂਰੀ ਕਰਦੇ ਆ। ਸੋ ਬੰਦੀ ਸਿੰਘਾਂ ਦਾ ਮੁੱਦਾ ਮੇਰੇ ਵੀਰ ਨੇ ਬੜੇ ਜ਼ੋਰ ਨਾਲ ਚੱਕਿਆ ਅਤੇ ਬਣਦਾ ਵੀ ਆ। ਮੈਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਅਤੇ ਮੈਂ ਕਈ ਵਾਰੀ ਲਾਚਾਰ ਹੋ ਜਾਂਦਾ ਮੋਹਰੇ ਜਿੰਨਾ ਸੱਚ ਉਹ ਕਹਿੰਦੇ ਆ। ਉਹ ਕਹਿੰਦੇ ਮੈਨੂੰ ਵੀ 30ਵਾਂ ਸਾਲ ਸ਼ੁਰੂ ਹੋ ਗਿਆ, 18 ਸਾਲ ਫਾਂਸੀ ਦੀ ਚੱਕੀ 'ਚ ਹੋ ਗਏ। ਯਾਰ ਉਹ ਕਿਹੜੀ ਸਰਕਾਰ, ਆਪਾਂ ਤਾਂ ਬੋਨੇ ਹੁੰਦੇ ਕੋਈ ਬੋਲਦੇ ਨਹੀਂ, ਪਿੱਛੇ ਸਵਾਲ ਹੀ ਨਹੀਂ ਪੈਦਾ ਕਰਦੇ, ਸੋਸ਼ਲ ਮੀਡੀਆ 'ਤੇ ਨਹੀਂ ਬੋਲਦੇ ਕਿ ਭਾਈ ਬਲਵੰਤ ਸਿੰਘ ਰਾਜੋਵਾਨ, ਭਾਈ ਦਵਿੰਦਰਪਾਲ ਭੁੱਲਰ, ਭਾਈ ਗੁਰਦੀਪ ਸਿੰਘ ਖਹਿੜਾ 34 ਸਾਲ, 30 ਸਾਲ, 29 ਸਾਲ ਕਿਹੜੀ ਪ੍ਰੀਖਿਆ ਲੈ ਰਹੇ ਹਾਂ, ਕਿਹੜੇ ਸਬਰ ਦਾ ਤੁਸੀਂ ਸਾਡਾ ਹਿੰਮਤਿਆਂ ਲੈ ਰਹੇ ਹਾਂ। ਜੇ ਕੌਮ ਤਕੜੀ ਹੋ ਲੀਡਰ ਤਕੜੇ ਹੋ ਜਾਂਦੇ, ਜੇ ਕੌਮ ਹੀ ਸੌਂ ਜਾਏ ਫਿਰ ਸੱਚ ਭਾਈ ਗੁਰਦੀਪ ਸਿੰਘ ਖਹਿੜੇ ਦਾ ਮੈਲਾ ਨਾ ਹੋ ਜਾਏ। ਤਕੜੇ ਹੋਈਏ ਆਪਾਂ, ਇਹਨਾਂ ਦਾ ਸਾਥ ਨਾ ਸਾਥ ਦਈਏ। ਆਹ ਹੁਣ ਮੈਂ ਮੌਕੇ ਦੀ ਹਕੂਮਤ ਨੂੰ ਵੀ ਕਹਿਣੀ ਚਾਹੁੰਦਾ, ਆਹ ਪਿਛਲੇ ਦਿਨੀ ਭਗਵਾਨਪੁਰ ਪਲੱਥ ਹਲਕੇ ਦਾ ਇੱਕ ਪਿੰਡ ਸੀ, ਇੱਕ ਨੌਜਵਾਨ ਨੇ ਕਿੱਦਾਂ ਅੰਗ ਖਿਲਾਰੇ। ਉਹ ਬਰਗਾੜੀ ਕਾਂਡ ਚੇਤੇ ਕਰਾਇਆ, ਹੈ ਕਿਸੇ ਦੇ ਕੰਨ 'ਤੇ ਜੂ ਸਰਕੀ, ਹੈ ਮੁੱਖ ਮੰਤਰੀ ਕੋਲ ਬੋਲਿਆ, ਕੋਈ ਮੰਤਰੀ ਮੌਕੇ 'ਤੇ ਗਿਆ, ਕੋਈ ਨਹੀਂ ਗਿਆ। ਆਪਾਂ ਵੀ ਬੌਨੇ ਹੋ ਗਏ ਹੁਣ, ਸਾਨੂੰ ਸ਼ਾਇਦ ਇਹ ਬਰਗਾੜੀ ਨਾਲੋਂ ਜ਼ਿਆਦਾ ਘੱਟ ਲੱਗਦਾ, ਕਿਉਂ ਹੁਣ ਬੇਅਦਬੀ ਨਹੀਂ ਹੋਈ, ਕਿਵੇਂ ਅੰਗ ਪਾੜੇ ਗਏ ਉੱਥੇ ਮੁੱਖ ਮੰਤਰੀ ਸਾਹਿਬ, ਹੁਣ ਨਹੀਂ ਤੁਹਾਨੂੰ ਬਰਗਾੜੀ ਚੇਤੇ ਆਉਂਦਾ। ਇਹ ਆਪਾਂ ਨੂੰ ਗੱਲਾਂ ਸਵਾਲ ਪੈਦਾ ਕਰਦੀਆਂ। ਆਹ ਸੁਖਰਾਜ ਸਿੰਘ ਬਰਗਾੜੀ ਜਿਹੜਾ ਵੀਰ ਸਾਡਾ ਉੱਥੇ ਮੋਰਚੇ 'ਤੇ ਬੈਠਾ ਸੀ, ਜਿਹਦੇ ਪਿਤਾ ਸ਼ਹੀਦ ਹੋ ਗਏ ਸੀ ਉੱਥੇ, ਉਹ ਅੱਜ ਕਹਿੰਦਾ ਮੈਂ ਹੁਣ ਸ਼੍ਰੋਮਣੀ ਕਮੇਟੀ ਦੇ ਨਾਲ ਚੱਲੂੰਗਾ। ਕਿਸ ਕੰਮ ਲਈ? ਪਹਿਲਾਂ ਇੱਕ SSP ਜਿਹੜਾ DIG ਰਿਟਾਇਰ ਹੋਇਆ ਅੰਮ੍ਰਿਤਸਰ ਵਾਲਾ MLA, ਉਹ ਕਹਿੰਦਾ ਸਾਨੂੰ ਗੁੰਮਰਾਹ ਕਰਦਾ ਰਿਹਾ, ਫਿਰ ਗੁੰਮਰਾਹ ਕਰਦਾ ਰਿਹਾ ਸਪੀਕਰ ਜਿਹੜਾ ਕੁਲਤਾਰ ਸਿੰਘ ਸਾਧਵਾਂ, ਅਤੇ ਅੱਜ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ, ਮੇਰਾ ਮੋਰਚਾ ਵੀ ਇਹਨਾਂ ਨੇ ਇੱਥੋਂ ਖਤਮ ਕੀਤਾ। ਅੱਜ ਆਪਾਂ ਨੂੰ ਪਤਾ ਵੀ ਕਰਨਾ ਪਊ ਕਿ ਆਹ ਝੂਠਾ ਸਾਧ, ਕਈ ਕਮੈਂਟ ਪਾਉਂਦੇ ਪਏ ਜੀ ਇਹਨੂੰ ਝੂਠਾ ਸਾਧ, ਇਹਨੂੰ ਨਾਂ ਕਨਾਂ ਨਾ ਲਓ, ਇਹਨੂੰ ਕਿਹੜਾ ਨਾਂ ਕਨਾਂ ਨਾ ਲਈਏ, ਜਿਹਨੇ ਸਾਡੇ ਗੁਰੂ ਸਾਹਿਬ ਦਾ ਪੱਤ ਪੱਤ ਗਲੀਆਂ 'ਚ ਰੋਲਿਆ, ਬੜੀ ਵੱਡੀ ਬੇਅਦਬੀ ਕੀਤੀ। ਅਤੇ ਮੁੱਖ ਮੰਤਰੀ ਸਾਹਿਬ 3 ਸਾਲ ਹੋ ਗਏ, ਸੈਂਕਸ਼ਨ ਕਿਉਂ ਨਹੀਂ ਦੇ ਰਹੇ? ਕਿਹੜੀ ਮਜਬੂਰੀ ਹੈ ਤੁਹਾਡੀ, ਕਿਹੜੀ ਤੁਹਾਡੀ ਜਾਨ ਨਿਕਲ ਚੱਲੀ ਕਿ 295A ਦੀ ਉਹਨਾਂ ਨੂੰ ਸੈਂਕਸ਼ਨ ਦੇਣੀ ਸੀ ਕੇਸ ਚਲਾਉਣ ਲਈ, ਬਾਕੀਆਂ ਨੂੰ ਦੇ ਦਿੱਤੀ? ਅਤੇ ਅੱਜ ਇਹ ਮੈਂ ਸਟੇਜ ਤੋਂ ਸਵਾਲ ਪੁੱਛਣਾ, ਆ ਸੱਚ ਦੀਆਂ ਗੱਲਾਂ ਜਿਹੜੀਆਂ ਇੱਥੇ ਹੋ ਰਹੀਆਂ ਕਿ ਮੁੱਖ ਮੰਤਰੀ ਸਾਹਿਬ ਅੱਜ 3 ਸਾਲ ਦੇ ਭੁੱਲ ਗਏ ਬਰਗਾੜੀ ਕਾਂਡ? ਤਾਤਾ ਕਹਿੰਦੇ ਸੀ ਅਸੀਂ ਉਹਨਾਂ ਨੂੰ 7 ਦਿਨਾਂ 'ਚ ਮਹੀਨੇ 'ਚ ਸਜ਼ਾ ਦੇਵਾਂਗੇ, ਅੱਜ ਲੋਕ ਤੁਹਾਡੇ 'ਤੇ ਸਵਾਲ ਕਰ ਰਹੇ ਆ। ਮੈਂ ਇੱਕ ਹੋਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਹ ਸਾਡੇ ਤਾਂ ਅੰਦਰ ਬੈਠੇ ਆ ਜਿਹੜੀ ਸਜ਼ਾ ਦੁੱਗਣੀ ਪੂਰੀ ਕਰ ਚੁੱਕੇ ਆ, ਆਹ ਪ੍ਰਦੀਪ ਕਲੇਰ ਪਿਛਲੇ ਦਿਨੀ ਪੈਦਾ ਕੀਤਾ, ਕਦੇ ਨਹੀਂ ਹੋਇਆ ਇੱਦਾਂ। ਤੁਸੀਂ ਲੋਕ ਮੇਰੇ ਤੋਂ ਵੱਧ ਕਚਹਿਰੀਆਂ 'ਚ ਜਾਣਦੇ, ਮੈਂ ਵਕੀਲ ਕਰਕੇ ਜਾਣਦਾ, ਇੱਕ ਥਾਣੇ ਦੇ ਵਿੱਚ 3 ਕੇਸ ਦਰਜ ਹੋਣ,
ਇੱਕ ਥਾਣੇ ਦੇ ਵਿੱਚ ਤਿੰਨਾਂ ਕੇਸਾਂ 'ਚ ਬੰਦਾ ਪੀਓ ਹੋਵੇ ਤੇ ਕਿਹੜੀ ਮਜਬੂਰੀ ਸੀ ਇੱਕ ਕੇਸ 'ਚ ਗ੍ਰਿਫਤਾਰੀ ਪਾ ਕੇ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਹੀਂ ਪਾਈ ਤੇ ਜ਼ਮਾਨਤ ਵੀ ਕਰਵਾ ਦਿੱਤੀ। ਜਿਹੜਾ ਅਪਰੂਵਲ ਬਣਦਾ ਵਹਿਦੇ ਮਾਫ ਗਵਾਹ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੀ ਅਨਟਿਲ ਐਂਡ ਅਨਲੈਸ ਜਿੰਨਾ ਚਿਰ ਉਹਦੀ ਗਵਾਹੀ ਨਹੀਂ ਹੁੰਦੀ, ਪਰ ਉਹਦੀ ਵੀ ਗਵਾਹੀ ਕਰਵਾ ਦਿੱਤੀ। ਅਤੇ ਇਹ ਮੈਂ ਕਹਿਣ ਤੋਂ ਭਾਵ ਅੱਜ ਰਿਹਾਅ ਕੀਤਾ ਗਿਆ, ਕਿਉਂ ਕੀਤਾ ਗਿਆ? ਕਿਉਂਕਿ ਝੂਠ ਬੋਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਚਿੱਕੜ ਸੁੱਟਣਾ ਸੀ। ਉਹ ਇੱਕ ਬੰਬ ਜਿਹਾ ਚੱਲਣਾ ਸ਼ੁਰੂ ਕੀਤਾ ਸੀ, ਅਸੀਂ ਛੋਟੇ ਹੁੰਦੇ ਸੀ, ਉਹ ਪਲੀਤੇ ਨੂੰ ਅੱਗ ਲੱਗਦੀ ਸੀ, ਠਾਹ ਨਹੀਂ ਸੀ ਹੁੰਦੀ, ਸਿਰਫ ਐਵੇਂ ਛੋਦਣੀ ਹੋ ਜਾਂਦੀ ਸੀ। ਉਹ ਆਪਾਂ ਇਸ ਧਰਤੀ 'ਤੇ ਬੈਠੇ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ, ਮਾਝੇ ਦੇ ਤੁਸੀਂ ਲੋਕ ਆ, ਤੁਸੀਂ ਚੱਕਣ ਚੱਕੋ, ਅਸੀਂ ਤੁਹਾਡੇ ਨਾਲ ਹਾਂ ਬਾਦਲ ਸਾਹਿਬ। ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ, ਉਹ ਕਿਹੜਾ ਇਤਿਹਾਸ ਸੀ? ਸਰਕਾਰਾਂ ਦੇ ਸੁਪਨੇ ਛੱਡੀਏ, ਕੇਵਲ ਦਾ ਕੇਵਲ ਪੰਥ ਦੀ ਤਰਜਮਾਨੀ ਤੁਸੀਂ ਪਹਿਲਾਂ ਇੰਟਰਵਿਊ 'ਚ ਵੀ ਕੀਤੀ ਸੀ, ਉਹ ਇੰਟਰਵਿਊਆਂ ਵੀ ਦੁਬਾਰਾ ਪਾਓ ਜਿਹਦੇ ਵਿੱਚ ਤੁਸੀਂ ਕਿਹਾ ਸੀ ਹੁਣ ਰਾਜ ਸੱਤਾ ਦੀ ਕੋਈ ਲੋੜ ਨਹੀਂ, ਹੁਣ ਕੇਵਲ ਦਾ ਕੇਵਲ ਜੇ ਪ੍ਰਾਪਤੀ ਹੋਊਗੀ ਤਾਂ ਉਹ ਪੰਥ ਪ੍ਰਗਟ ਕੀਤਾ ਜਾਊਗਾ। ਜਿਹੜੇ ਪੰਥਕ ਪ੍ਰਵਾਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜਿਹੜੇ ਅੱਜ ਜੇਲ੍ਹਾਂ ਵਿੱਚ ਬੈਠੇ ਆ, ਜਿਹੜੇ ਅੱਜ ਪਿੰਡਾਂ ਦੇ ਵਿੱਚ ਬੈਠੇ ਆ, ਉਹਨਾਂ ਸਾਰਿਆਂ ਦੇ ਹਮਦਰਦ ਬਣ ਕੇ ਆਪਾਂ ਇਕੱਤਰ ਹੋਈਏ। ਅੰਤ ਦੇ ਵਿੱਚ ਮੈਂ ਇੱਕ ਬੇਨਤੀ ਮਜੀਠੀਆ ਸਾਹਿਬ ਤੁਹਾਨੂੰ ਵੀ ਕਰਨੀ ਚਾਹੁੰਦਾ, ਸ਼ਾਇਦ ਮੇਰੀ ਬੇਨਤੀ ਕੌੜੀ ਲੱਗ ਜਾਏ, ਗੁੱਸਾ ਨਾ ਕਰਿਓ। ਮਾਲ ਗੱਡੀ ਚੱਲਦੀ, ਉਹਦੇ ਮੋਹਰੇ ਇੰਜਣ ਹੁੰਦਾ, ਉਹ ਇੰਜਣ ਤੋਂ ਬਾਅਦ ਦੇਖਦੇ ਡੱਬਿਆਂ ਤੋਂ ਬਾਅਦ ਇੱਕ ਡਾਕ ਹੁੰਦੀ ਜਿਹਦੇ ਵਿੱਚ ਗਾਰਡ ਹੁੰਦਾ, ਅਤੇ ਉਹ ਗਾਰਡ ਕਈ ਵਾਰੀ ਨਾ ਹੋਵੇ ਤਾਂ ਗੱਡੀ ਫਿਰ ਉਹ ਰਫ਼ਤਾਰ ਨਹੀਂ ਫੜਦੀ। ਤੁਸੀਂ ਇਸ ਗੱਡੀ ਦੇ ਗਾਰਡਿਆਂ ਅਖੀਰਲੇ ਵੇਲੇ ਜਿਹਨੂੰ ਆਪਾਂ ਡਾਕ ਕਹਿੰਦੇ ਹਾਂ, ਤੁਸੀਂ ਖੁੱਲ੍ਹ ਕੇ ਅੱਜ ਵੀ ਵਿਚਾਰ ਰੱਖੇ, ਤਾਂ ਮੈਨੂੰ ਪਤਾ ਤੁਹਾਡੀਆਂ ਕੁਛ ਮਜਬੂਰੀਆਂ ਵੀ ਆ, ਘਰੇਲੂ ਮਜਬੂਰੀਆਂ ਵੀ ਆ ਤੁਹਾਡੀਆਂ, ਕਹਿ ਲਈਦਾ ਸਖਾਲਾ ਤੁਸੀਂ ਹੁਣ ਗਾਰਡ ਬਣ ਕੇ ਹਰੇਕ ਥਾਂ ਨਾਲ 'ਚ ਅਕਾਲੀ ਦਲ ਦੇ ਚੱਲਿਆ ਕਰੋ। ਲੋਕ ਇਹ ਮਹਿਸੂਸ ਕਰਦੇ ਕਈ ਵਾਰੀ ਭਈ ਇਹ ਭਾਈ ਕੀ ਗੱਲ, ਸ਼ਾਇਦ ਚੁੱਪ ਬੈਠੇ, ਚੁੱਪ ਨਹੀਂ ਤੁਸੀਂ ਬੈਠੇ, ਮੈਨੂੰ ਪਤਾ ਤੁਸੀਂ ਬਾ ਦਲੀਲ ਅੱਜ ਵੀ ਲੋਕਾਂ ਨਾਲ ਸਾਂਝ ਪਾਈ ਆ, ਪਰ ਸੁਨੇਹਾ ਉਹਦਾ ਜਿਹੜਾ ਆ ਉਹ ਹੋਰ ਚੰਗਾ ਜਾਊਗਾ ਜੇ ਆਪਾਂ ਮਾਝੇ ਦੇ ਜਰਨੈਲ ਹਾਂ ਅਤੇ ਆਪਾਂ ਸੱਚ ਦੀ ਗੱਲ ਕਰਨ ਵਾਲੇ ਹਾਂ ਅਤੇ ਇਕੱਤਰ ਹੋਈਏ। ਸਮੁੱਚੇ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਸੱਚ ਦੇ ਨਾਲ ਖੜ੍ਹੇ ਹੋਈਏ। ਸੱਚ ਜਿਹੜਾ ਆ ਉਹ ਅਕਾਲੀ ਦਲ, ਸੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੋਹਾਂ ਜਥੇਬੰਦੀਆਂ ਨੂੰ ਢਾਉਣ ਨੂੰ ਅੱਜ ਬੜਾ ਯਤਨ ਕੀਤਾ ਜਾ ਰਿਹਾ। ਮੈਂ ਤਾਂ ਕਹਿੰਦਾ ਬੜਾ ਸਖਾਲਾ ਪੰਥ ਦਾ ਵੀ ਤਰੀਕਾ, ਜੇ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਆ ਅਤੇ ਗਰਦਾਰ, ਅਤੇ ਜੇ ਲੈਣ ਟੱਪ ਜਾਓ ਤਾਂ ਫਿਰ ਕਹਿੰਦੇ ਜੀ ਇਹ ਸ਼ਹੀਦ। ਉਹ ਕਿਹੜੀ ਸ਼ਹੀਦੀ, ਕਿਹੜਾ ਫਾਰਮੂਲਾ ਤੁਹਾਡਾ? ਪੰਥ ਦੇ ਨਾਲ ਰਹਿ ਕੇ ਸਾਰਾ ਕੁਛ ਨਿੱਘ ਵੀ ਮਾਣ ਲਿਆ, ਨਿੱਘ ਮਾਣ ਕੇ ਤਾਂ ਅੱਜ ਵੱਖਰੇ ਹੋ ਗਏ, ਆਪਾਂ ਸ਼ਹੀਦਾਂ ਦੀ ਗਿਣਤੀ 'ਚ ਆਉਂਦੇ ਹਾਂ। ਲੋਕ ਸਭ ਜਾਣਦੇ ਆ, ਇਕੱਲੇ ਇਕੱਲੇ ਕਰੈਕਟਰ ਦਾ ਮੁਲਾਂਕਣ ਹੋ ਰਿਹਾ। ਸਰਦਾਰ ਸੁਖਬੀਰ ਸਿੰਘ ਬਾਦਲ ਉਸ ਪਰਿਵਾਰ ਤੋਂ ਆ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲੰਬਾ ਅਰਸਾ ਇਸ ਪੰਥ ਦੀ 70 ਸਾਲ 104 ਸਾਲ ਦੇ ਵਿੱਚ 70 ਸਾਲ ਉਹਨਾਂ ਨੇ ਇਸ ਪੰਥ ਦੇ ਨਾਲ ਅਗਵਾਈ ਨਹੀਂ ਇਕੱਲੀ ਕੀਤੀ, ਪੰਥ ਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਕਾਰਜ ਕੀਤਾ। ਸੋ ਅੱਜ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਇਹ ਸਾਰੀਆਂ ਫੇਲ ਹੋ ਜਾਣੀਆਂ ਜੇ ਆਪਾਂ ਸੱਚ ਦੇ ਨਾਲ ਖੜ੍ਹੇ ਹੋਈਏ। ਸੋ ਮੈਂ ਅੰਤ ਦੇ ਵਿੱਚ ਜਿੱਥੇ ਸਤਿਗੁਰਾਂ ਦੀ ਇਸ ਪਵਿੱਤਰ ਧਰਤੀ 'ਤੇ ਨਤਮਸਤਕ ਹੁੰਦਾ, ਤੁਹਾਨੂੰ ਵੀ ਬੇਨਤੀ ਕਰਦਾ ਅਤੇ ਮੈਂ ਹੁਣ ਤੁਹਾਡਾ ਜੋਸ਼ ਵੀ ਦੇਖਣਾ, ਉਹ ਜੋਸ਼ ਕਿਹੜਾ ਜਿਹੜਾ ਸੱਚ ਨੂੰ ਸਮਰਪਿਤ ਆ, ਵੀ ਜਿਹੜੇ ਅੱਜ ਹਾਜ਼ਰ ਆ ਉਹ ਵੀ ਹਾਜ਼ਰ, ਜਿਹੜੇ ਨਹੀਂ ਵੀ ਹਾਜ਼ਰ ਮੀਡੀਆ 'ਚ ਹਾਜ਼ਰ ਉਹ ਵੀ ਹਾਜ਼ਰ, ਕਿ ਆਪਾਂ ਪੰਥ ਨੂੰ ਤਕੜਾ ਕਰਨਾ,
ਸਰਕਾਰਾਂ ਫਿਰ ਆ ਜਾਣਗੀਆਂ, ਫਿਰ ਚਲੇ ਜਾਣਗੀਆਂ। ਮੈਂ ਜਕਾਰਾ ਗਜਾਊਂਗਾ ਉੱਚੀ ਆਵਾਜ਼ ਦੇ ਵਿੱਚ, ਆ ਜਿਹੜੀਆਂ ਬਾਹਰ ਕਾਨਫਰੰਸਾਂ ਕਰ ਰਹੇ ਆ, ਜਿਹੜੇ ਝੂਠ ਦੀਆਂ ਦੁਕਾਨਦਾਰੀਆਂ ਸਜਾ ਰਹੇ ਆ, ਉਹਨਾਂ ਦੇ ਕੰਨਾਂ ਤੱਕ ਵੀ ਸੱਚ ਦੀ ਬੁਲੰਦ ਹੋਵੇ ਆਵਾਜ਼। ਇਹ ਠੀਕ ਆ, ਬਹੁਤ ਵੱਡੇ ਜਾਮ ਹੀ ਨਹੀਂ ਲਾਏ, ਸਾਰੀਆਂ ਬੱਸਾਂ ਟਰਾਲੀਆਂ ਗੱਡੀਆਂ ਉਹ ਆ ਜਾਣ ਬੁੱਝ ਕੇ ਰੋਕੀਆਂ ਗਈਆਂ। ਸੋ ਮੈਂ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ। ਆ ਸਰਦਾਰ ਬਲਜੀਤ ਸਿੰਘ ਜਲਾਲ ਉਸ਼ਮਾ ਮੇਰਾ ਵੀ 2-in-1 ਆ, ਸ਼੍ਰੋਮਣੀ ਕਮੇਟੀ ਦਾ ਵੀ ਕਾਰ ਚਲਾਉਂਦਾ ਅਤੇ ਨਾਲ ਹਲਕਾ ਇੰਚਾਰਜ ਵੀ ਆ, ਬਾਕੀ ਸਾਰੇ ਹੀ ਤੁਸੀਂ ਸਤਿਕਾਰਯੋਗ ਆ। ਨਾਂ ਲੈਣ ਲੱਗੂਗਾ ਲੰਮਾ ਸਮਾਂ ਲੱਗੂਗਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲੋ।